हाँ जी, सत श्री अकाल जी सारिआं नूं। वधिया फार्म यूट्यूब चैनल तुहाडा स्वागत है जी। किसान वीरो, अज दी जिहड़ी आपां वीडियो बना रहे हां, पिंड पंज कराई, तहसील अजनाला, जिला अमृतसर। अज दी वीडियो दे विच तुहानूं टोटल तीन गावां दिखाउणियां, जिन्हां दे विच एक ताजी सोई ते दो तुहानूं गब्बणां दिखावांगे। गल्लबात हुण आपां वीर जी हुणां नाल करदे हां ते पुछदे हां सारी डिटेल। हाँ जी वीर जी, सत श्रीकाल जी। हो सुनाओ, ठीक ठाक जी? सब ठीक ठाक जी। ते नाम दस दे करिए अपना। नाम मेरा सोनू पहलवान जी, पिंड पंज कराइयां, तहसील जनाला, जिला अमृतसर। ते फोन नंबर बोल दे करिए। 9818-97029। ठीक है जी। ते शुरुआत फिर आ जिहड़ी पहले नंबर वाली तां कर लई, जिहड़ी ताजी सूई है इत्थों कर लई। ठीक है जी। थाने इक करी तुहानूं लागे दे दिखा दईए। ते आ देख सकदे थाना दा साइज़ ते गैप जिहड़ा चंगा। ते आ जिहड़ी मिल्कवें ने इहदी ਕਿੰਨਵਾਂ ਸੂਆ ਸੋਈ ਜੀ? ਵਿੱਦੀ ਹੈ ਇਹ ਵੀਰ ਜੀ, ਦੂਜਾ ਸੂਆ ਸੋਈ ਜੀ। ਤੇ ਕਿੰਨਾ ਚਿਰ ਹੋਇਆ ਜੀ ਇਹਨੇ ਸੋਈ ਨੂੰ? ਇਹਨੂੰ ਹਫ਼ਤਾ ਹੋ ਹੀ ਗਿਆ ਜੀ। ਅੱਛਾ, ਆਹ ਬੱਚਾ ਜਿਹੜਾ ਇਹਦੇ ਮਗਰ ਕੀ ਆ ਗਿਆ ਜੀ? ਬੱਚਾ ਬੱਚਾ ਜੀ, ਬੱਚਾ। ਅੱਛਾ, ਮਗਰ ਇਹਦੇ ਬੱਚਾ ਵਾ। ਠੀਕ ਹੈ ਜੀ। ਤੇ ਮੌਕੇ ਦੇ ਦੁੱਧ ਕਿੰਨਾ ਤਿਆਰ ਕਰ ਗਈ ਜੀ? ਵੀਰ ਜੀ, ਮੌਕੇ ਦੇ ਦੁੱਧ ਬੱਚੇ ਦਾ ਪਾ ਕੇ 10 ਕਿਲੋ ਜੀ। ਹੈਗਾ ਬਿਲਕੁਲ ਤਿਆਰ? ਦੋਵਾਂ ਟਾਈਮਾਂ ਦਾ ਜਿਹੜਾ ਜੀ, 10 ਕਿਲੋ ਬੱਚੇ ਦਾ ਪਾ ਕੇ। ਠੀਕ ਹੈ। ਕਿੰਨਾ ਕੁ ਕਰ ਜੇ ਦੁੱਧ ਤੇ? ਦੁੱਧ 12-13 ਕਿਲੋ ਚਵਾਈ ਜਾਓ ਗਰਮਾਂ ਲਈ। ਅੱਛਾ, ਤੇ ਇਹਦਾ ਕੀ ਮੁੱਲ ਰੱਖਣਾ ਜੀ ਫਿਰ? ਮੁੱਲ ਵੀਰ ਜੀ ਜਾਇਜ਼ ਹੀ ਹੈ। ਕਿੰਨਾ ਕੁ ਮੁੱਲ ਕਰਾਉਣ ਲਈ? ਭਾਵੇਂ 28 ਕਰਾ ਲਓ, 29 ਵੀ ਕਰਾ ਲਓ, 25 ਦੀ ਦੇ ਦਾਂਗੇ। 5000 ਦੀ ਦੇ ਦੋਗੇ? ਦੇ ਦਾਂਗੇ 5000। ਜਾ ਫਿਰ ਖੋਲੋ ਹਾਂ ਤੋਰੀਏ। ਬਾਕੀ ਜੱਸੀਆਂ ਦੇ ਹਿਸਾਬ ਨਾਲ ਕੱਦ ਕਾਠ ਵੀ ਚੰਗਾ। 12-13 ਦੇ ਕਰੀਬ ਦੁੱਧ ਜਿਹੜਾ ਵਿਧੀਆਂ ਨੇ ਕਹਿੰਦੇ ਕਿ ਚਵਾਈ ਜਾਊਗੀ। ਠੀਕ ਹੈ ਵੀਰ ਜੀ, ਲੈ ਜੀ। ਅਤੇ 25000 ਦੇ ਵੀਰ ਜੀ ਨੇ ਕਹਿੰਦੇ ਕਿ ਦੇ ਦਿਆਂਗੇ। ਬਾਕੀ ਸੂਈ ਸਵਾਈ ਆ, ਇੱਥੇ ਆ ਕੇ ਆਪਣੀ 2-3 ਟਾਈਮ ਚਵਾਈ ਕਰਕੇ ਖੜੋ। ਹੁਣ ਜਿਹੜੀ ਤੁਹਾਨੂੰ ਦਿਖਾਉਣੀ ਆ, ਬਾਕੀ ਠੰਡੀ ਠੰਡੀ ਬੜੀ ਜੀ। ਅੱਛਾ ਜੀ, ਉਸ ਤਰ੍ਹਾਂ ਠੰਡੀ ਧੀਰੀ ਆ ਜਿਹੜੀ? ਬਿਲਕੁਲ ਇਹ ਨਹੀਂ ਜੀ, ਕੋਈ ਰੱਸੀ ਪਾਉਣ ਦੀ ਲੋੜ, ਜਿੱਧਰੋਂ ਦੀ ਮਰਜ਼ੀ ਬੰਦਾ ਬਹਿ ਕੇ ਚੁਗੇ। ਠੀਕ ਆ ਜੀ। ਤੇ ਹੁਣ ਆਪਾਂ ਦਿਖਾਉਣੀ ਗੱਬਨ, ਇੱਕ ਤੁਹਾਨੂੰ ਦਿਖਾਵਾਂਗੇ, ਹਵਾ ਨਾਲ ਚੰਗਾ ਭਰਨ ਦੀ ਆ ਵੀ। ਤੇ ਬਾਕੀ ਥਾਨ ਇਹਦੇ ਵੀ ਇੱਕ ਵਾਰੀ ਲੱਗ ਰਹੇ ਦੇਖ ਸਕਦੇ, ਸਾਈਜ਼ ਵੀ ਚੰਗਾ, ਗੈਪ ਵੀ ਚੰਗਾ, ਪਿੱਛੇ ਤੋਂ ਲੈ ਕੇ ਹਵਾ ਨਾਲ ਗਾਂਹ ਤੱਕ ਚੰਗਾ ਭਰਨ ਦੀ ਆ। ਇਹਨੇ ਵੀਰ ਜੀ ਕਿੰਨਵਾਂ ਸੂਆ ਸੋਨਾ ਜੀ? ਇਹਨੇ ਵੀਰ ਜੀ ਦੂਸਰਾ ਸੂਆ ਸੋਨਾ ਜੀ। ਦੂਸਰਾ ਸੂਆ ਸੋਨਾ ਹੈ, ਆਹ ਦੇਖ ਸਕਦੇ ਮਿਲਕ ਵੀ ਇਹਨੇ ਵੀ ਚੰਗੀ ਆ। ਤੇ ਇਹ ਕਿੰਨਾ ਟਾਈਮ ਲੈ ਜੂ ਸੋਨ ਚ? ਇਹ ਵੀਰ ਜੀ 2-4 ਦਿਨ ਹੀ ਖੜੂਗੀ। 2-4 ਦਿਨ ਲੈ ਜੂਗੀ। ਤੇ ਇਹ ਕਿੰਨਾ ਦੁੱਧ ਚਵਾ ਦੂਗੀ? ਇਹਨੇ ਵੀਰ ਜੀ ਘਰ ਵਾਲਿਆਂ ਦੇ ਪਹਿਲੇ ਸੂਏ 14-15 ਕਿਲੋ ਚਵਾਇਆ ਜੀ। ਅੱਛਾ, ਚਲੋ ਗਰਮੀ ਬੜੀ, ਇੰਨਾ ਹੀ ਚਵਾਈ ਜਾਵੇ ਤੇ ਬੜਾ ਹੈ ਜੀ। ਅੱਛਾ, 14-15 ਜਿਹੜਾ ਚਵਾਈ ਜਾਓ? ਪਹਿਲੇ ਸੂਏ ਨੇ ਚਵਾਇਆ ਜੀ। ਅੱਛਾ, ਚਲੋ ਅਸੀਂ ਉਹਨਾਂ ਦੀ ਗਾਰੰਟੀ ਤੇ ਚਲੋ ਵੱਧ ਨਹੀਂ ਕਹਿੰਦੇ, ਇੰਨਾ ਹੀ ਕਵਾਂਗੇ। ਚਲੋ ਗਰਮੀ ਦੇ ਹਿਸਾਬ ਨਾਲ ਜਿਹੜਾ ਬੜੀ ਹੈ ਜੀ ਵੀ। ਤੇ ਇਹਦਾ ਕੀ ਮੁੱਲ ਰੱਖਣਾ ਜੀ ਫਿਰ? ਇਹਦਾ ਮੁੱਲ ਜਾਇਜ਼ ਹੀ ਆ। ਕਿੰਨਾ ਕੁ ਵੀਰ ਜੀ? ਮੁੱਲ ਕਰਾਉਣ ਲਈ 35-36 ਕਰਾ ਲਓ, 32000 ਦੀ ਦੇ ਦਾਂਗੇ। 32 ਦੀ ਦੇ ਦੋਗੇ? ਦੇ ਦਾਂਗੇ 32 ਦੀ। ਉਹ ਚੋਂ ਵੀ ਕਰ ਦੋਗੇ ਮਾਨ ਕੇ? ਨਹੀਂ ਕਰਾਂਗੇ, ਕਰਾਂਗੇ ਮਾਨ। ਅੱਛਾ, ਮਾਨ ਕਰ ਦੋਗੇ। ਲਿਆ ਫਿਰ ਖੋਲੋ ਹਾਂ ਤੋਰੀਏ। ਬਾਕੀ ਜਰਸੀਆਂ ਦੇ ਹਿਸਾਬ ਨਾਲ ਕੱਦ ਜਿਹੜਾ ਇਹਦਾ ਵੀ ਚੰਗਾ ਵਾ। ਤੇ ਜੇ ਸੋਨ ਤੱਕ ਹਵਾਨਾ ਜਿਹੜਾ ਚੰਗਾ ਤਿਆਰ ਕਰੂਗੀ, ਚਿਹਰਾ ਇਹਦਾ ਦੇਖ ਸਕਦੇ ਕਾਫੀ ਪਿਆਰਾ ਵਾ। ਹਾਂ ਦੇਖ ਸਕਦੇ, ਬੱਤੀ ਹਜ਼ਾਰ ਦੀ ਵੀਰ ਜੀ ਨੇ ਕਹਿੰਦੇ ਕਿ ਜਿਹੜੀ ਆਪਾਂ ਇਹ ਦੇ ਦਿਆਂਗੇ। ਠੀਕ ਹੈ ਵੀਰ ਜੀ। ਲੈ ਜਾ, ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਸਮਾਂ ਦੇ ਹਿਸਾਬ ਨਾਲ ਵੇਚ ਚੱਕ ਕੇ ਖੜੇ। ਬਾਕੀ ਠੰਡੀ ਹੈ ਵੀ ਵੀਰ ਜੀ, ਇਹ ਵੀ ਜਿਹੜੀ ਠੰਡੀ ਧੀਰੀ ਆ, ਇਹ ਜਿੱਧਰ ਦੀ ਮਰਜ਼ੀ ਕੋਈ ਬਹਿ ਕੇ। ਠੀਕ ਹੈ ਜੀ, ਵੇਖੋ ਵਧਰਾ ਵਧਰਾ, ਵੇਖੋ ਕਿੰਨੀਆਂ ਜੀ, ਬਣੂ ਚੰਗੀ। ਠੀਕ ਹੈ ਜੀ। ਹਾਂ ਦੇ ਸਕਦੇ ਜੀ, ਜਿਹੜੇ ਨਾ ਹਵਾਨੇ 'ਚ ਕਾਫੀ ਆ, ਸੋਨ ਤੱਕ ਹਵਾਨਾ ਚੰਗਾ ਭਰੂਗੀ ਹਲੇ। ਤੇ ਹੁਣ ਇੱਕ ਹੋਰ ਤੁਹਾਨੂੰ ਵੈੜ ਇੱਕ ਦਿਖਾਉਣੀ ਆ, ਇਹ ਵੀ ਕਾਫੀ ਖੂਬਸੂਰਤ ਆ ਜਿਹੜੀ, ਛੋਟਾ ਜਿਹਾ ਚਿਹਰਾ ਤੇ ਛੋਟੇ ਛੋਟੇ ਜਿਹੜੇ ਇਹਦੇ ਕੰਨ ਆ। ਤੇ ਥਾਨ ਇਹਦੇ ਦੇਖ ਸਕਦੇ, ਸੂਆ ਕਿੰਨਵਾਂ ਜੀ ਵਿੱਦੀ ਇਹਦਾ? ਪਹਿਲਾ ਸੂਆ ਵਿੱਦੀ। ਆ ਦੇਖ ਸਕਦੇ ਪਹਿਲਾ ਸੂਆ ਜੀ, ਮੂੰਹ 4 ਦੰਦ ਤੇ ਥਾਨ ਜਿਹੜਾ ਇਹਦੇ ਹੁਣ ਤੋਂ ਹੀ ਹੱਥ 'ਚ ਆਉਂਦੇ ਆ।
ਕਿੰਨਾ ਕ ਟਾਈਮ ਲੱਜੂ ਵੀਰ ਜੀ ਇਸ ਹੁਣ ਚ? ਇਹ ਵੀਰ ਜੀ ਹਫਤਾ ਲੈ ਜਾਊਗੀ। ਹਫਤਾ ਲੈ ਜਾਊਗੀ? ਹਾਂਜੀ ਹਾਂਜੀ। ਤੇ ਇਹ ਕਿੰਨਾ ਦੁੱਧ ਪਹਿਲੇ ਸੂਏ ਚ ਵਾ ਦੋਗੀ ਵੀਰ ਜੀ? ਜਿੱਡੀ ਬਰੀਡ ਆ 13 14 ਕਿਲੋ ਦੇ ਚਵਾਊਗੀ। ਅੱਛਾ, ਚਲੋ ਗਰਮੀ ਬੜੀ ਐਵੇਂ ਝੂਠ ਮਾਰਨਾ, ਪਰ ਇਹਦਾ ਜਿਹਦਾ 13 14 ਕਿਲੋ ਹੈ ਨਾ, ਤੇ ਦੂਸਰੀਆਂ ਨਾਲ ਜਿਹਦਾ 20 ਕਿਲੋ ਵਾਲੀਆਂ ਉਹਨਾਂ ਨੂੰ ਚੰਗਾ ਇਹਨਾਂ, ਬਾਕੀ ਫੈਟ ਕਾਫੀ ਚੰਗੀ ਹੁੰਦੀ ਹੈ ਨਾ, ਤੇ ਨਾ ਕੋਈ ਗਰਮੀ ਦੀ ਏਡੀ ਗੱਲ, ਨਾ ਕੋਈ ਗਰਮੀ ਦੀ ਲੋ ਇਹਨਾਂ ਨੂੰ ਕੋਈ ਗੱਲ ਆ। ਖੋਲੋ ਹਾਂ ਫਿਰ ਤੋਰ ਦਈਏ, ਬਾਕੀ ਸਾਂਭੀ ਸੁੰਭੀ ਚੰਗੀ ਆ। ਇਹਦੇ ਦੰਦ ਵੀ ਦਿਖਾ ਦੇ ਵੀਰ ਜੀ ਇੱਕ ਵਾਰੀ। ਚਲੋ ਉੱਥੇ ਬੰਨ ਕੇ ਦਿਖਾ ਦਿੰਦੇ ਹਾਂ। ਆ ਦੇ ਸਰ ਜੀ ਹਵਾ ਨਾ ਜਿਹੜਾ ਚੰਗਾ ਭਰੂਗੀ ਸੌਣ ਤੱਕ। ਢਿੱਲਾ ਢੁੱਲਾ ਹਵਾ ਨੇ ਜੀ ਚੰਗੀਆਂ। ਦੰਦ ਦਿਖਾ ਦੇ ਵੀਰ ਜੀ ਦੇਖ ਜੀ। ਮੂੰਹ ਫਲਾਉਣ ਤੋਂ ਥੋੜ੍ਹਾ ਜਿਹਾ ਕਰਦੀ ਹੈ। ਹਾਂ ਦੇ ਸਕਦੇ ਜੀ, ਸਾਈਡ ਵਾਲੇ ਦੰਦ ਜਿਹੜੇ ਉਸ ਤਰ੍ਹਾਂ ਹੀ ਖਲੋਤੇ ਆ, ਜੇ ਕੋਈ ਭੰਨਿਆ ਹੁੰਦੀ ਆ, ਨਿੱਕੇ ਦੰਦ ਜਿਹੜੇ ਖਲੋਤੇ ਆ। ਠੀਕ ਆ ਜੀ, ਬੰਦ ਹੈ ਜੀ, ਪਿਓਰ 4 ਦੰਦ ਆ ਜਿਹੜੇ ਮੂੰਹ। ਬਾਕੀ ਠੰਡੀ ਠੁੰਡੀ ਬੜੀ ਜੀ ਇਹਦੀ, ਜਿਸ ਤਰ੍ਹਾਂ ਮਰਜ਼ੀ ਇਹਨੀ। ਠੀਕ ਆ, ਉਸ ਤਰ੍ਹਾਂ ਥੋੜ੍ਹਾ ਜਿਹਾ ਡਰਦੀ ਡਰਦੀ ਜਿਹਾ ਵਾ, ਹੈ ਨਾ, ਜਿਸ ਤਰ੍ਹਾਂ ਮਰਜ਼ੀ ਜਿਹੜੇ ਮਰਜ਼ੀ ਬਣੇ ਹੋਏ ਹੈਗੇ। ਠੀਕ ਆ, ਅਤੇ ਇਹਦਾ ਕੀ ਮੁੱਲ ਜੇ ਫਿਰ? ਇਹਦਾ ਵੀਰ ਜੀ ਭਾਵੇਂ 35 ਕਰਾ ਲਓ, 36 ਕਰਾ ਲਓ, ਹਾਂਜੀ ਇਹ ਵੀ 32 ਦੇ ਦਾਂਗੇ। ਅੱਛਾ, ਇਹ ਵੀ 32,000 ਦੀ ਦੇ ਦਾਂਗੇ, 32 ਦੇ ਦਾਂਗੇ। ਤੇ ਜੋੜਾ ਪਾਲੂਗਾ ਤੇ ਮਾਨ ਵੱਧ ਕਰ ਦੋਗੇ? ਕਰ ਦਾਂਗੇ ਮਾਨ, ਤਾਂ ਵੱਧ ਕਰਾਂਗੇ। ਠੀਕ ਹੈ ਵੀਰ ਜੀ, ਹੋਰ ਕੁਛ ਕਹਿਣਾ? ਠੀਕ ਹੈ ਵੀਰ ਜੀ, ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਪਸ਼ੂ ਜਿਹੜੇ ਵੀਰ ਜੀ ਹੁਣ ਟੋਟਲ 3 ਮਕਾਊ ਕੀਤੇ, ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ, ਵੇਚ ਚਾਹ ਕੇ ਆਪਣੀ ਸਮਝ ਦੇ ਹਿਸਾਬ ਨਾਲ ਅਤੇ ਆਪਣੀ ਜ਼ਿੰਮੇਵਾਰੀ 'ਤੇ ਖੜ੍ਹੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।